ਤਾਂ ਪੰਜਾਬ ਹਰਿਆਣਾ ਦੇ ਵਿੱਚ ਕੜਾਕੇ ਦੀ ਠੰਡ ਜਾਰੀ ਹੈ। ਸੰਘਣੀ ਧੁੰਦ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਨੇ ਰੈੱਡ ਅਲਰਟ ਵੀ ਜਾਰੀ ਕੀਤਾ ਹੋਇਆ। ਰਾਜਧਾਨੀ ਦਿੱਲੀ NCR ਦੇ ਵਿੱਚ ਸੰਘਣੀ ਧੁੰਦ ਕਾਰਨ ਰਫ਼ਤਾਰ ਕਾਫੀ ਥੰਮਦੀ ਹੋਈ ਨਜ਼ਰ ਆਈ ਹੈ। ਸੜਕਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ ਹੈ। ਕਈ ਟ੍ਰੇਨਾਂ ਅਤੇ ਕਈ ਉਡਾਨਾਂ ਵੀ ਜਿਹੜੀਆਂ ਨੇ ਦੇਰੀ ਦੇ ਨਾਲ ਚੱਲ ਰਹੀਆਂ ਨੇ। ਸੋ ਖਾਸ ਤੌਰ 'ਤੇ ਤੁਹਾਨੂੰ ਦੱਸ ਦਈਏ ਕਿ ਜਿਸ ਹਿਸਾਬ ਦੇ ਨਾਲ ਕੜਾਕੇ ਦੀ ਠੰਡ ਪੈ ਰਹੀ ਹੈ ਤਾਂ ਉੱਥੇ ਹੀ ਸੰਘਣੀ ਧੁੰਦ ਕਾਰਨ ਵਿਜ਼ੀਬਿਲਿਟੀ ਕਾਫੀ ਘੱਟਦੀ ਹੋਈ ਨਜ਼ਰ ਆ ਰਹੀ ਹੈ, ਜਿਸ ਦੇ ਕਾਰਨ ਸੜਕੀ ਅਤੇ ਹਵਾਈ ਆਵਾਜਾਈ ਕਾਫੀ ਪ੍ਰਭਾਵਿਤ। ਸੋ ਲਗਾਤਾਰ ਜਿਹੜੇ ਤਾਪਮਾਨ ਨੇ ਉਹ ਕਾਫੀ ਘੱਟ ਦਰਜ ਕੀਤੇ ਜਾ ਰਹੇ ਨੇ। ਇਸ ਦੇ ਨਾਲ ਹੀ ਗਰਾਊਂਡ ਜ਼ੀਰੋ ਦਾ ਰੁਖ ਕਰਾਂਗੇ। ਨਾਭਾ ਤੋਂ ਮੇਰੇ ਸਹਿਯੋਗੀ ਹਰਮੀਤ ਸਿੰਘ ਮਾਨ ਲਾਈਵ ਜੁੜੇ ਨੇ। ਹਰਮੀਤ, ਸੰਘਣੀ ਧੁੰਦ ਕਾਰਨ ਜਿੱਥੇ ਆਵਾਜਾਈ ਪ੍ਰਭਾਵਿਤ ਹੈ ਉੱਥੇ ਹੀ ਠੰਡ ਕਾਰਨ ਜਿਹੜੇ ਨੇ ਕਾਫੀ ਜਿਹੜੇ ਪ੍ਰਸ਼ਾਸਨ ਦੁਆਰਾ ਅਹਿਮ ਫੈਸਲੇ ਵੀ ਲਏ ਜਾ ਰਹੇ ਨੇ, ਭਾਵੇਂ ਸਕੂਲਾਂ ਦੀ ਆਪਾਂ ਗੱਲ ਕਰ ਲਈਏ। ਬਿਲਕੁਲ ਗੁਰਪ੍ਰੀਤ, ਲਗਾਤਾਰ ਆ ਜਿਹੜੀ ਠੰਡ ਵੀ ਪੈ ਰਹੀ ਹੈ, ਧੁੰਦ ਵੀ ਬਹੁਤ ਜ਼ਿਆਦਾ ਪੈ ਰਹੀ ਹੈ। ਤੁਸੀਂ ਦੇਖ ਸਕਦੇ ਸਾਡੇ ਪਿੱਛੇ ਤਸਵੀਰਾਂ, ਜਿਹੜੀ ਬਹੁਤ ਜ਼ਿਆਦਾ ਸੰਘਣੀ ਧੁੰਦ ਆ, ਜਿਸ ਤਰ੍ਹਾਂ ਕਿ ਸੜਕਾਂ 'ਤੇ ਜਿਹੜੀ ਆਵਾਜਾਈ ਆ ਉਹ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਰਹੀ ਹੈ। ਜਿੱਥੋਂ ਕਿ ਪੰਜਾਬ ਸਰਕਾਰ ਵੱਲੋਂ ਹੁਣ ਪਿਛਲੇ ਦਿਨੀ ਜਿਹੜਾ ਸਕੂਲਾਂ ਦਾ ਵੀ ਫੈਸਲਾ ਲੈ ਗਿਆ, 5ਵੀਂ ਤੱਕ ਸਕੂਲ ਨੇ ਜਿਹੜੇ ਉਹ ਫਿਰ ਬੰਦ ਕਰ ਦਿੱਤੇ ਗਏ ਨੇ 20 ਜਨਵਰੀ ਤੱਕ। ਠੰਡ ਦਾ ਕਹਿਰ ਆ ਜਿਹੜਾ ਉਹ ਲਗਾਤਾਰ ਜਾਰੀ ਹੈ। ਸੜਕਾਂ 'ਤੇ ਬੜਾ ਔਖਾ, ਜਿਹੜਾ ਵਾਹਨ ਚਲਾਉਣੇ ਬੜੇ ਔਖੇ ਨੇ, ਸਾਰੀਆਂ ਆਵਾਜਾਈਆਂ ਜਿਹੜੀਆਂ ਬਹੁਤ ਪ੍ਰਭਾਵਿਤ ਹੋ ਗਈਆਂ ਨੇ। ਜੀ ਬਿਲਕੁਲ। ਸੋ ਖਾਸ ਤੌਰ 'ਤੇ ਹਰਮੀਤ, ਜੇਕਰ ਦੇਖਿਆ ਜਾਵੇ ਤਾਂ ਜਿਸ ਹਿਸਾਬ ਦੇ ਨਾਲ ਸੜਕੀ ਆਵਾਜਾਈ ਪ੍ਰਭਾਵਿਤ ਆ, ਹਵਾਈ ਆਵਾਜਾਈ ਪ੍ਰਭਾਵਿਤ ਆ, ਦੂਸਰੇ ਪਾਸੇ ਫਸਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਣਕ ਦੀ ਫਸਲ ਲਈ ਕਾਫੀ ਲਾਹੇਮੰਦ ਹੈ। ਸੋ ਮਾਲਵੇ ਏਰੀਏ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਜਿਹੜਾ ਹੈ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਹੈ ਆਲੂ ਜ਼ਿਆਦਾ ਲਾਇਆ ਜਾਂਦਾ, ਤਾਂ ਆਲੂ 'ਤੇ ਕਿੱਡਾ ਕੁ ਵੱਡਾ ਅਸਰ ਪੈ ਰਿਹਾ ਇਸ ਕੋਰੇ ਦਾ, ਅਤੇ ਕਣਕ ਦੇ ਲਈ ਕਿੰਨਾ ਕੁ ਲਾਹੇਮੰਦ? ਬਿਲਕੁਲ ਗੁਰਪ੍ਰੀਤ, ਜਿਹੜਾ ਇਹ ਠੰਡ ਆ ਤਾਂ ਕਣਕ ਦੇ ਲਈ ਤਾਂ ਬਹੁਤ ਜ਼ਿਆਦਾ ਲਾਹੇਵੰਦ ਆ ਜਿਹੜੀ ਦੱਸੀ ਜਾ ਰਹੀ ਹੈ, ਪਰ ਆਲੂ ਦੀ ਫਸਲ ਲਈ ਇਸ ਦਾ ਬਹੁਤ ਵੱਡਾ ਨੁਕਸਾਨ ਆ ਜਿਹੜਾ ਹੋ ਰਿਹਾ। ਕੱਲ੍ਹ ਵੀ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ, ਜਿਹੜੇ ਆਲੂ ਕਾਸ਼ਤ ਨੇ, ਕਾਫੀ ਲੰਬੇ ਸਮੇਂ ਤੋਂ ਆਲੂ ਦੀ ਕਾਸ਼ਤ ਕਰਦੇ ਨੇ, ਉਹਨਾਂ ਨੇ ਦੱਸਿਆ ਵੀ ਸਾਡਾ ਆਲੂ ਬਹੁਤ ਜ਼ਿਆਦਾ ਇਸ ਵਾਰ ਖਰਾਬ ਹੋਇਆ। ਜਿਹੜਾ ਪਾਣੀ ਦੇ ਰਿਹਾ, ਧੁੱਪ ਨਹੀਂ ਪੈ ਰਹੀ, ਕੋਰੇ ਦੀ ਮਾਰ ਪੈ ਰਹੀ ਆ, ਸਭ ਤੋਂ ਵੱਡੀ ਮਾਰ ਆ ਜਿਹੜੀ ਆਲੂ ਦੀ ਫਸਲ 'ਤੇ ਜ਼ਿਆਦਾਤਰ ਪੈਂਦੀ ਆ, ਅਤੇ ਜਿਹੜੀ ਕਣਕ ਦੀ ਫਸਲ ਨੂੰ ਠੰਡ ਆ ਬਹੁਤ ਜ਼ਿਆਦਾ ਲੱਗਦੀ ਆ। ਜੀ ਹਰਮੀਤ, ਖਾਸ ਤੌਰ 'ਤੇ ਜਿਹੜੇ ਸਕੂਲ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਸ ਦੇ ਵਿੱਚ ਵੀ ਛੁੱਟੀਆਂ ਦਾ ਵਾਅਦਾ ਕੀਤਾ ਜਾ ਰਿਹਾ, ਕਿਉਂਕਿ ਛੋਟੇ ਬੱਚੇ ਨੇ, ਉਹਨਾਂ ਨੂੰ ਜ਼ਿਆਦਾ ਠੰਡ ਲੱਗਦੀ ਹੈ, ਅਤੇ ਕੀ ਕੁਝ ਜਿਹੜਾ ਹੈ ਪ੍ਰਸ਼ਾਸਨ ਦੇ ਇਹਨਾਂ ਹਦਾਇਤਾਂ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ? ਜ਼ਮੀਨੀ ਹਕੀਕਤ ਕੀ ਕੁਝ ਕਹਿੰਦੀ ਹੈ ਕਿ ਵਾਕਈ ਸਾਰੇ ਜਿਹੜੇ ਨੇ ਇੰਪਲੀਮੈਂਟੇਸ਼ਨ ਹੋ ਰਹੀ ਹੈ ਸਾਰੇ ਸਕੂਲਾਂ 'ਤੇ? ਬਿਲਕੁਲ ਗੁਰਪ੍ਰੀਤ, ਜਿਸ ਤਰ੍ਹਾਂ ਕਿ ਪਹਿਲਾਂ ਵੀ ਛੁੱਟੀਆਂ ਦੇ ਵਿੱਚ ਵਾਅਦਾ ਕੀਤਾ ਗਿਆ ਸੀ, ਹੁਣ ਠੰਡ ਨੂੰ ਵੇਖਦਿਆਂ ਛੋਟੇ ਬੱਚੇ ਨੇ, ਜਿਹੜੇ ਮਾਸੂਮ ਬੱਚੇ ਨੇ, ਜਿਹੜੇ ਵੈਨਾਂ ਦੇ ਵਿੱਚ ਵੀ ਤਕਰੀਬਨ ਜਾਂਦੇ ਨੇ, ਉਹਨਾਂ ਨੂੰ ਵੇਖਦਿਆਂ ਹੀ ਸਰਕਾਰ ਵੱਲੋਂ ਵੱਡਾ ਫੈਸਲਾ ਜਿਹੜਾ ਲਿਆ ਗਿਆ, ਉਹ 20 ਜਨਵਰੀ ਤੱਕ ਫਿਰ ਸਕੂਲ ਬੰਦ ਕਰ ਦਿੱਤੇ ਗਏ ਨੇ। ਆਨਲਾਈਨ ਕਲਾਸਾਂ ਨੇ ਜਿਹੜੀਆਂ ਉਹਨਾਂ ਬੱਚਿਆਂ ਦੀਆਂ ਘਰਾਂ ਦੇ ਵਿੱਚੋਂ ਲਗਾਈਆਂ ਜਾਣਗੀਆਂ, ਕਿਉਂਕਿ ਬੱਚਿਆਂ ਦੇ ਜਿਹੜੇ ਮਾਤਾ ਪਿਤਾ ਨੇ ਉਹ ਵੀ ਠੰਡ ਤੋਂ ਬਚਣ ਦੇ ਲਈ, ਬੱਚਿਆਂ ਦੇ ਲਈ ਕਾਫੀ ਉਪਰਾਲੇ ਕਰ ਰਹੇ ਨੇ। ਸਕੂਲ ਪ੍ਰਸ਼ਾਸਨ ਵੀ ਵੱਡੇ ਉਪਰਾਲੇ ਕਰ ਰਿਹਾ, ਸਕੂਲਾਂ ਦੇ ਵਿੱਚ ਜਿਹੜੀਆਂ ਵੈਨਾਂ ਨੇ, ਵੈਨਾਂ ਦੇ ਵਿੱਚ ਵੀ ਚੰਗੇ ਪ੍ਰਬੰਧ ਨੇ ਜਿਹੜੇ ਸਕੂਲਾਂ ਵੱਲੋਂ ਕੀਤੇ ਗਏ ਨੇ, ਚਾਹੇ ਕਿ 6ਵੀਂ ਤੋਂ ਲੈ ਕੇ 12ਵੀਂ ਤੱਕ ਜਿਹੜੇ ਬੱਚੇ ਨੇ ਹੁਣ ਉਹ ਵੈਨਾਂ ਦੇ ਵਿੱਚ ਜਾਣਗੇ, ਸਕੂਲਾਂ ਵੱਲੋਂ ਵੈਨਾਂ ਦੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਗਏ ਨੇ, ਕਿਉਂਕਿ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿੱਚ ਵੀ ਵੈਨਾਂ ਦੇ ਕਾਫੀ ਪ੍ਰਬੰਧ ਨੇ ਜਿਹੜੇ ਹੁਣ ਤੱਕ ਉਹ ਕੀਤੇ ਗਏ। ਜੀ ਸੋ ਹਰਮੀਤ, ਨਾਲ ਹੀ ਜੇਕਰ ਦੇਖਿਆ ਜਾਏ ਤਾਂ ਜਿਹੜਾ ਤੁਹਾਡੇ ਵਾਲਾ ਏਰੀਆ ਹੈ ਤਾਂ ਰਾਜਸਥਾਨ ਦੇ ਨਾਲ ਵੀ ਜਿਹੜਾ ਜੁੜਦਾ ਇਹ ਏਰੀਆ, ਤਾਂ ਜਿਹੜੇ ਵਾਹਨ ਨੇ ਕਾਫੀ ਜਿਹੜਾ ਪੰਜਾਬ ਦੇ ਵਿੱਚ ਇੱਧਰੋਂ ਹੀ ਐਂਟਰੀ ਕਰਦੇ ਨੇ, ਤਾਂ
ਕਿੰਨੀ ਕੁ ਰਫ਼ਤਾਰ ਥਮੀ ਹੈ ਅਤੇ ਲੋਕਾਂ ਦਾ ਕੀ ਕੁਛ ਕਹਿਣਾ, ਕਿਉਂਕਿ ਸੰਘਣੀ ਧੁੰਦ ਕਾਰਨ ਜਿੱਥੇ ਮੌਸਮ ਵਿਭਾਗ ਦੁਆਰਾ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ ਤਾਂ ਉੱਥੇ ਹੀ ਹਦਾਇਤਾਂ ਮੰਨੀਆਂ ਜਾ ਰਹੀਆਂ ਨੇ ਅਤੇ ਦੂਸਰੇ ਪਾਸੇ ਲੋਕ ਕੀ ਕੁਛ ਕਹਿ ਰਹੇ ਹਨ। ਬਿਲਕੁਲ, ਲੋਕਾਂ ਦਾ ਇਹੀ ਕਹਿਣਾ, ਲੋਕ ਵੀ ਇੱਕ ਦੂਸਰੇ ਨੂੰ ਇਹੀ ਅਪੀਲ ਕਰਦੇ ਨੇ ਕਿ ਰਾਤ ਦੇ ਸਮੇਂ ਧੁੰਦ ਦੇ ਵਿੱਚ ਜ਼ਿਆਦਾ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ, ਜਿਸ ਤਰ੍ਹਾਂ ਕਿ ਸਾਡਾ ਜਿਹੜਾ ਹਿੱਸਾ ਕੁਝ ਰਾਜਸਥਾਨ ਦੇ ਨਾਲ ਲੱਗਦਾ, ਕਿਉਂਕਿ ਕਾਫੀ ਜਿਹੜੀਆਂ ਸੜਕਾਂ ਵੀ ਕਾਫੀ ਵੱਡੀਆਂ ਚੌੜੀਆਂ ਬਣਾਈਆਂ ਗਈਆਂ ਨੇ ਸਰਕਾਰਾਂ ਵੱਲੋਂ, ਪਰ ਲੋਕ ਇੱਕ ਦੂਸਰੇ ਨੂੰ ਸਮਝਾਉਣ ਦੀ ਵੀ ਬੜੀ ਕੋਸ਼ਿਸ਼ ਕਰਦੇ ਨੇ। ਜਿਹੜੇ ਨੌਜਵਾਨ ਨੇ ਉਹ ਕਿਤੇ ਨਾ ਕਿਤੇ ਆਪਣੇ ਵਹੀਕਲ ਚਲਾਉਂਦੇ ਸਮੇਂ ਅਣਗਹਿਲੀ ਜ਼ਰੂਰ ਵਰਤਦੇ, ਮੋਬਾਈਲ ਦੀ ਦੁਰਵਰਤੋਂ ਕਰਦੇ ਨੇ, ਜਿਸ ਕਾਰਨ ਸੜਕਾਂ ਦੇ ਉੱਪਰ ਜਿਹੜਾ ਜ਼ਿਆਦਾਤਰ ਐਕਸੀਡੈਂਟ ਦਾ ਕਾਰਨ ਬਣਦਾ। ਸੰਘਣੀ ਧੁੰਦ ਕਾਰਨ ਹਰਮੀਤ ਹਾਦਸੇ ਵੀ ਕਾਫੀ ਹੁੰਦੇ ਨੇ ਇਨ੍ਹੀਂ ਦਿਨੀ, ਤਾਂ ਉੱਥੇ ਹੀ ਕਈ ਸਮਾਜ ਸੇਵੀ ਸੰਸਥਾਵਾਂ ਵੀ ਨੇ ਜੋ ਕਿ ਰਿਫਲੈਕਟਰ ਲਗਾਉਣ ਦੇ ਕੰਮ ਕਰ ਰਹੀਆਂ ਨੇ, ਕਾਫੀ ਕੈਂਪ ਜਿਹੜੇ ਨੇ ਲਗਾਏ ਜਾ ਰਹੇ ਨੇ, ਤਾਂ ਅਜਿਹਾ ਕੋਈ ਜਿਹੜਾ ਉਪਰਾਲਾ ਤੁਹਾਡੇ ਇੱਥੇ ਕਿਸੇ ਸੰਸਥਾ ਦੁਆਰਾ ਕੀਤਾ ਜਾ ਰਿਹਾ? ਬਿਲਕੁਲ ਜੀ, ਨਾਭਾ ਦੇ ਵਿੱਚ ਵੀ ਸੰਸਥਾ ਵੱਲੋਂ ਵੱਡਾ ਉਪਰਾਲਾ ਜਿਹੜਾ ਸਮੇਂ ਸਮੇਂ ਤੇ ਕੀਤਾ ਜਾ ਰਿਹਾ, ਪੰਜਾਬ ਪੁਲਿਸ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ, ਵਹੀਕਲਾਂ ਦੇ ਮਗਰ ਰਿਫੈਕਟਰ ਲਗਾਏ ਜਾ ਰਹੇ ਨੇ ਧੁੰਦ ਨੂੰ ਵੇਖਦਿਆਂ, ਕਿਉਂਕਿ ਜਦੋਂ ਰਿਫੈਕਟਰ ਮਗਰ ਸਾਈਡ ਲੱਗ ਜਾਂਦਾ ਜਿਹੜਾ ਬੈਕ ਤੇ ਵਹੀਕਲ ਹੁੰਦਾ ਉਹਨੂੰ ਬਿਲਕੁਲ ਜ਼ਰੂਰ ਦਿਖ ਜਾਂਦਾ ਜਦੋਂ ਉਹਦੀ ਲਾਈਟ ਪੈਂਦੀ ਹੈ ਰਿਫੈਕਟਰ 'ਤੇ, ਤਾਂ ਬਹੁਤ ਜ਼ਿਆਦਾ ਉਹਦੇ ਨਾਲ ਬੱਚਤ ਹੋ ਜਾਂਦੀ ਹੈ। ਗੁਰਪ੍ਰੀਤ, ਸੰਸਥਾਵਾਂ ਵੱਲੋਂ ਵੱਡੇ ਵੱਡੇ ਉਪਰਾਲੇ ਜ਼ਰੂਰ ਕੀਤੇ ਜਾ ਰਹੇ ਨੇ ਇਸ ਤੇ, ਪ੍ਰਸ਼ਾਸਨ ਦਾ ਇਸ ਹਿਸਾਬ ਦੇ ਨਾਲ ਕੀ ਕੁਛ ਕਹਿਣਾ ਹੈ, ਕਿਉਂਕਿ ਸੰਘਣੀ ਧੁੰਦ ਕਾਰਨ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਨੇ, ਜਿੱਥੇ ਵਾਹਨਾਂ ਦੀ ਗਤੀ ਬੇਹੱਦ ਘੱਟ ਕਰਨ ਦੀ ਗੱਲਬਾਤ ਆਖ ਰਿਹਾ ਪ੍ਰਸ਼ਾਸਨ, ਤਾਂ ਉੱਥੇ ਹੀ ਸਮੇਂ ਸਮੇਂ ਸਿਰ ਹਦਾਇਤਾਂ ਵੀ ਜਾਰੀ ਕੀਤੀ ਜਾ ਰਹੀਆਂ। ਬਿਲਕੁਲ, ਪ੍ਰਸ਼ਾਸਨ ਵੱਲੋਂ ਜਿੱਥੇ ਕੋਈ ਨਾਕਾ ਲਗਾਇਆ ਜਾਂਦਾ, ਨਾਕੇ ਦੌਰਾਨ ਵੀ ਵਹੀਕਲ ਸਵਾਰ ਹੁੰਦੇ ਨੇ ਜਿਹੜੇ, ਉਹਨਾਂ ਨੂੰ ਵੀ ਸਮਝਾਇਆ ਜਾਂਦਾ ਵੀ ਵਹੀਕਲ ਦੀ ਰਫ਼ਤਾਰ ਸਲੋ ਰੱਖੋ, ਲਾਈਟਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਕਿਸ ਤਰ੍ਹਾਂ ਧੁੰਦ ਦੇ ਵਿੱਚ ਚੱਲਣਾ, ਕਿਸ ਤਰ੍ਹਾਂ ਕਿਹੜੀ ਸਾਈਡ ਚੱਲਣਾ, ਨੌਜਵਾਨਾਂ ਨੂੰ ਸਮਝਾਇਆ ਜਾਂਦਾ, ਤਾਂ ਨਾਕਿਆਂ 'ਤੇ ਬਿਲਕੁਲ ਪ੍ਰਸ਼ਾਸਨ ਵੱਲੋਂ ਜਾਂ SDM ਸਾਹਿਬ ਵੱਲੋਂ ਵੀ ਲੋਕਾਂ ਨੂੰ ਸਮੇਂ ਸਮੇਂ 'ਤੇ ਸੁਚੇਤ ਆ ਜਿਹੜਾ ਧੁੰਦ ਤੋਂ ਬਚਣ ਲਈ ਕੀਤਾ ਜਾ ਰਿਹਾ। ਠੀਕ ਹੈ ਹਰਮੀਤ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤਮਾਮ ਜਾਣਕਾਰੀ ਦੀ ਸਾਂਝ ਪਾਉਣ ਦੇ ਲਈ। ਸੋ ਤੁਹਾਨੂੰ ਦੱਸ ਦਈਏ ਕਿ ਸੰਘਣੀ ਧੁੰਦ ਕਾਰਨ ਜਿੱਥੇ ਵਿਜ਼ੀਬਿਲਿਟੀ ਕਾਫੀ ਘੱਟ ਹੈ ਤਾਂ ਉੱਥੇ ਆਉਣ ਜਾਣ ਦੇ ਵਿੱਚ ਕਾਫੀ ਸਮੱਸਿਆ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ। ਸੋ ਮੇਰੇ ਸਹਿਯੋਗੀ ਹਰਮੀਤ ਸਿੰਘ ਮਾਨ ਨੇ ਵੀ ਜਾਣਕਾਰੀ ਸਾਂਝੀ ਕੀਤੀ ਹੈ ਨਾਭਾ ਏਰੀਏ ਤੋਂ, ਉੱਥੇ ਵੀ ਜਿਹੜੀ ਹੈ ਸੰਘਣੀ ਧੁੰਦ ਕਾਰਨ ਵਿਜ਼ੀਬਿਲਿਟੀ ਜ਼ੀਰੋ ਹੈ ਜਾਂ ਫਿਰ ਕਾਫੀ ਏਰੀਏ ਦੇ ਵਿੱਚ ਕਾਫੀ ਜਿਹੜੇ ਨੇ ਏਰੀਏ ਨੇ ਜਿੱਥੇ ਕਾਫੀ ਘੱਟ ਦਰਜ ਕੀਤੀ ਜਾ ਰਹੀ ਹੈ ਅਤੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਹਵਾਈ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਕਈ ਫਲਾਈਟਸ ਨੇ ਜਿਹੜੀਆਂ ਉਹ ਦੇਰੀ ਨਾਲ ਚੱਲ ਰਹੀਆਂ ਨੇ ਅਤੇ ਕਈ ਦੇਰੀ ਨਾਲ ਪਹੁੰਚ ਰਹੀਆਂ ਨੇ, ਅਤੇ ਉੱਥੇ ਟ੍ਰੇਨਾਂ ਵੀ ਕਈ ਟ੍ਰੇਨਾਂ ਬੀਤੇ ਇੱਕ ਦੋ ਦਿਨਾਂ ਤੋਂ ਦੇਰੀ ਦੇ ਨਾਲ ਚੱਲ ਅਤੇ ਪਹੁੰਚ ਰਹੀਆਂ ਨੇ। ਸੋ ਇਸ ਦਾ ਸੰਘਣੀ ਧੁੰਦ ਦਾ ਅਸਰ ਸਿੱਧੇ ਤੌਰ 'ਤੇ ਜਿੱਥੇ ਆਮ ਜਨਜੀਵਨ 'ਤੇ ਪੈਂਦਾ ਹੋਇਆ ਨਜ਼ਰ ਆ ਰਿਹਾ, ਤਾਂ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਮੌਸਮ ਵਿਭਾਗ ਦੀ ਜੇਕਰ ਗੱਲ ਕੀਤੀ ਜਾਏ ਤਾਂ ਰੈੱਡ ਅਲਰਟ ਜਾਰੀ ਕੀਤਾ ਹੈ। ਦਿੱਲੀ NCR ਦੇ ਵਿੱਚ ਵੀ ਸੰਘਣੀ ਧੁੰਦ ਕਾਰਨ ਰਫ਼ਤਾਰ ਕਾਫੀ ਘਟੀ ਹੈ, ਆਮ ਜਨਜੀਵਨ ਪ੍ਰਭਾਵਿਤ ਅਤੇ ਸੜਕਾਂ 'ਤੇ ਵਹੀਕਲਾਂ ਦੀ ਰਫ਼ਤਾਰ ਵੀ ਕਾਫੀ ਥਮੀ ਹੈ। ਸੋ ਕਈ ਟ੍ਰੇਨਾਂ ਵੀ ਜਿਹੜੀਆਂ ਨੇ ਦੇਰੀ ਨਾਲ ਚੱਲ ਰਹੀਆਂ ਨੇ, ਕਈ ਉਡਾਨਾਂ ਵੀ ਜਿਹੜੀਆਂ ਨੇ ਦੇਰੀ ਨਾਲ ਟੇਕ ਆਫ ਕਰ ਰਹੀਆਂ ਨੇ। ਸੋ ਪੰਜਾਬ ਹਰਿਆਣਾ ਦੇ ਵਿੱਚ ਕੜਾਕੇ ਦੀ ਠੰਡ ਨਿਰੰਤਰ ਚੱਲ ਰਹੀ ਹੈ, ਨਿਰੰਤਰ ਜਾ ਰਹੀ ਹੈ।